ਭਗਵੰਤ ਮਾਨ ਕਿਹੋ ਜਿਹੇ ਲੀਡਰ ਲੱਗਦੇ ਤੁਹਾਨੂੰ? ਭਗਵੰਤ ਮਾਨ, ਤੁਸੀਂ ਕੀ ਕੁਐਸਚਨ ਪੁੱਛਿਆ? ਕਿਹੋ ਜਿਹੇ ਲੀਡਰ ਲੱਗਦੇ ਤੁਹਾਨੂੰ? ਕਿਹੋ ਜਿਹੇ ਲੀਡਰ ਲੱਗਦੇ? ਉਹ ਲੀਡਰ ਹੈ ਹੀ ਨਹੀਂ, ਉਹ ਤਾਂ ਇੱਕ ਸਟੇਜ ਸਾਂਭਣ ਵਾਲੇ ਨੇ। ਲੀਡਰ ਤਾਂ ਹੁਣ ਤੱਕ ਬਣੇ ਹੀ ਨਹੀਂ। ਲੀਡਰ ਹੁੰਦਾ ਜਿਹੜਾ ਦੁੱਖ ਸੁੱਖ ਦਾ ਆਪਣਾ ਸਾਂਝਾ ਬਣੇ, ਦੁੱਖ ਸੁੱਖ ਦਾ ਡਿਵੈਲਪਮੈਂਟ ਕਰੇ, ਜਾਂ ਲੋਕਾਂ ਦੇ ਦੁੱਖ ਸੁੱਖ ਚਾਵੇ, ਜਾਂ ਹਲਕੇ ਨੂੰ ਆਪਣਾ ਪਰਿਵਾਰ ਸਮਝੇ। ਅੱਜ ਤੱਕ ਉਹਨਾਂ ਨੂੰ ਇਹ ਪੁੱਛ ਲਿਓ ਕਿ ਧੂਰੀ ਦੇ ਕਿਹੜੇ ਭੋਗ ਤੇ ਆਏ ਨੇ, ਪੁੱਛਿਓ ਜ਼ਰੂਰ, ਫਿਰ ਉਹ ਲੀਡਰ ਕਹਾਉਣ ਦੇ ਕਾਬਲ ਹੋਣਗੇ। ਲੇਕਿਨ ਉਹ ਤਾਂ ਮੁੱਖ ਮੰਤਰੀ ਦੇ ਚਿਹਰੇ ਨੇ, ਉਹ ਤਾਂ ਕਹਿ ਰਹੇ ਕਿ ਇੱਕ ਤਰਫਾ ਜਿੱਤ ਮੇਰੀ ਹੋਈ ਪਈ ਹੈ, ਧੂਰੀ ਨੇ ਤਾਂ ਲੈ ਕੇ ਦਿੱਤਾ। ਵੀਰੇ, ਆਹ ਕਿਹੜਾ ਚੈਨਲ ਆ? ਨਿਊਜ਼ 18। ਮੈਂ ਕਹਿ ਦਿੰਦੀ ਹਾਂ, ਤੁਸੀਂ ਨਿਊਜ਼ 18 ਵੱਲੋਂ ਮੁੱਖ ਮੰਤਰੀ ਦੇ ਚਿਹਰੇ ਹੋ। ਕਹਿਣ ਨੂੰ ਕੀ ਹੁੰਦਾ ਵੀਰੇ? ਜ਼ਮੀਨੀ ਹਕੀਕਤ ਤੇ ਕਹਿਣਾ ਜੁਬਲੇਬਾਜ਼ੀ ਕਰਨੀ, ਇਹੀ ਆਮ ਆਦਮੀ ਪਾਰਟੀ ਨੇ ਕੀਤੀ ਹੈ। ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਰਹੇ ਨੇ। ਜੁਬਲੇਬਾਜ਼ੀਆਂ ਚ ਝੂਠ ਤੂਫਾਨ ਚ, ਚਾਹੇ ਉਹ ਕੇਜਰੀਵਾਲ ਸਾਹਿਬ ਨੇ, ਚਾਹੇ ਭਗਵੰਤ ਮਾਨ ਸਾਹਿਬ ਨੇ, ਇੱਕ ਦੂਜੇ ਤੋਂ ਰੇਸ ਲੱਗੀ ਹੋਈ ਹੈ ਕਿ ਕਿਹੜਾ ਅੱਗੇ ਨਿਕਲੂ ਕਿਹੜਾ ਪਿੱਛੇ। ਡਰ ਲੱਗਦਾ ਕਿ ਇੱਕ ਪਾਸੇ ਭਗਵੰਤ ਮਾਨ ਸੰਗਰੂਰ ਤੋਂ 2 ਵਾਰ ਲੋਕ ਸਭਾ MP ਨੇ, ਔਰ ਮੁੱਖ ਮੰਤਰੀ ਦੇ ਚਿਹਰੇ ਨਾਲ ਮੁਕਾਬਲਾ। ਅਗਰ ਜਿੱਤ ਗਏ ਤਾਂ ਮੈਨੂੰ ਲੱਗਦਾ ਅਗਲੀ ਵਾਰ ਤੁਸੀਂ ਸਰਕਾਰ ਬਣੀ ਤਾਂ ਮੰਤਰੀ ਵੀ ਬਣ ਸਕਦੇ ਹੋ। ਵੀਰੇ, ਅਗਰ ਤਾਂ ਲਾਓ ਹੀ ਨਾ, ਅਗਰ ਤਾਂ ਹੈ ਹੀ ਨਹੀਂ। ਦਲਵੀਰ ਸਿੰਘ ਗੋਲਡੀ ਜੀ ਹੀ ਜਿੱਤਣਗੇ, ਕਿਉਂਕਿ ਇਹ ਲੜਾਈ, ਮੈਂ ਬਹੁਤ ਵੱਡੀ ਗੱਲ ਕਹਿ ਰਹੀ ਹਾਂ ਵੀਰੇ, ਇਹ ਲੜਾਈ ਸੱਚ ਝੂਠ ਦੀ ਹੈ। ਕੌਨਫੀਡੈਂਸ ਹੈ, ਓਵਰ ਕੌਨਫੀਡੈਂਸ ਹੈ? ਕੌਨਫੀਡੈਂਸ ਹੈਗਾ ਆਪਣੇ ਕੀਤੇ ਹੋਏ ਕੰਮਾਂ ਤੇ। ਓਵਰ ਕੌਨਫੀਡੈਂਸ ਜਿਸ ਦਿਨ ਹੋ ਗਿਆ ਅਸੀਂ ਖਤਮ ਹੋ ਜਾਵਾਂਗੇ, ਬਿਲਕੁਲ ਓਵਰ ਕੌਨਫੀਡੈਂਸ ਇਹ, ਕਿਉਂਕਿ ਸਾਡਾ ਜਿਹੜਾ ਤੁਸੀਂ ਮੈਨੂੰ ਕਿਹਾ ਨਾ, ਸਾਡੇ ਰਾਜੇ ਦੀ ਸਾਨੂੰ ਕਮਾਨ ਜਿਹੜੀ ਸਾਂਭੀ ਹੋਈ, ਉਹਨਾਂ ਨੇ ਇਹੀ ਗੱਲਾਂ ਸਾਨੂੰ ਦੱਸਿਆ ਹੋਇਆ ਕਿ ਆਪਣਾ ਕੰਮ ਕਰੋ, ਪੋਜ਼ਿਟਿਵਨੈਸ ਨਾਲ ਆਪਣਾ ਕੰਮ ਕਰੋ ਤੇ ਹਮੇਸ਼ਾ ਨੀਵੇਂ ਹੋ ਕੇ ਰਹੋ। ਇਹ ਨਿਮਰਤਾ ਤੇ ਹੰਕਾਰ ਦੀ ਲੜਾਈ ਹੈ, ਜਿਹਦੇ ਚ ਗੋਲਡੀ ਜੀ ਹਮੇਸ਼ਾ, ਤੁਸੀਂ ਦੇਖਿਆ ਜਿਵੇਂ ਤੁਸੀਂ ਆਨਸਾਰ ਗੋਲਡੀ ਜੀ ਨੂੰ ਸਵਾਲ ਪੁੱਛਿਆ ਉਹਨਾਂ ਦੇ ਬੂਟਾਂ ਬਾਰੇ, ਉਹਨਾਂ ਨੇ ਜੁੱਤੀਆਂ ਉਤਾਰ ਕੇ ਡੋਰ ਟੂ ਡੋਰ ਤਾਂ ਕੀਤਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਸੰਗਤ ਦਾ ਦਰਜਾ ਦਿੰਦੇ ਨੇ ਤੇ ਰੱਬ ਨੇ ਕਿਹਾ ਕਿ ਸੰਗਤ ਚ ਹੀ ਮੈਂ ਵਸਦਾ। ਇਹ ਨਿਮਰਤਾ ਤੇ ਹੰਕਾਰ ਦੀ ਲੜਾਈ ਹੈ ਤੇ ਉਹ ਇੱਕ ਪਾਸੋਂ ਗੱਡੀ ਚ ਉਤਰਦੇ ਹੀ ਨਹੀਂ, ਇਹ ਲੜਾਈ ਹੈ। ਤੁਸੀਂ ਘਰੇ ਕੰਮ ਕਰਦੇ ਹੋ ਇਹਨਾਂ ਲਈ? ਨਹੀਂ, ਮੈਂ ਉਸ ਤਰੀਕੇ ਬਰਾਬਰ ਦਾ ਕਿਵੇਂ ਹੋਇਆ? ਉਹ ਤੁਹਾਡੇ ਲਈ ਪ੍ਰਚਾਰ ਕਰਨ, ਤੁਸੀਂ ਘਰ ਦਾ ਕੰਮ ਨਾ ਕਰੋ। ਨਹੀਂ, ਮੈਂ ਬੱਚਿਆਂ ਨਾਲ ਬੜਾ ਵਧੀਆ ਟਾਈਮ ਸਪੈਂਡ ਕਰਦਾ ਜੀ। ਮੈਂ ਇੱਕ ਕੋਸ਼ਿਸ਼ ਕਰਦਾ ਉਹਨਾਂ ਨੂੰ ਤਿਆਰ ਕਰਨਾ, ਉਹਨਾਂ ਨੂੰ ਸਕੂਲ ਛੱਡਣਾ, ਸੋ ਉਹ ਕੰਮ ਬਿਲਕੁਲ ਨਹੀਂ ਕਰਦੇ। ਨਹੀਂ ਵੀਰੇ, ਘਰ ਦਾ ਕੰਮ ਕਰਨ ਦੀ, ਘਰ ਦਾ ਕੰਮ ਤਾਂ ਮੈਂ ਵੀ ਨਹੀਂ ਕਰਦੀ, ਕਿਰਪਾ ਮਹਾਰਾਜ ਦੀ ਕੀ ਮੇਰੇ ਬੱਚੇ ਦੋਨੋਂ ਨਹੀਂ ਨਾ, ਕੋਈ ਵੀ ਹਸਬੈਂਡ, ਬਹੁਤ ਘੱਟ ਹਸਬੈਂਡ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਰਾਤ ਨੂੰ ਚੱਕਦੇ ਨੇ। ਜਦ ਮੇਰੇ ਬੱਚੇ ਦੋਨੋਂ ਬਹੁਤ ਛੋਟੇ ਸੀ, ਜੇ ਇੱਕ ਨੇ ਉੱਠ ਜਾਣਾ ਨਾ, ਤੇ ਵੈਸੇ ਵੀ ਉਹਨਾਂ ਦੀ ਹੁਣ ਵੀ ਅਟੈਚਮੈਂਟ ਆਪਣੇ ਫਾਦਰ ਨਾਲ ਜ਼ਿਆਦਾ, ਮੇਰੇ ਨਾਲ ਘੱਟ ਹੈ, ਕਿਉਂਕਿ ਰਾਤ ਨੂੰ ਗੋਲਡੀ ਹੁਣ ਵੀ, ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਮੇਰਾ ਛੋਟਾ ਬੇਟਾ 7 ਸਾਲ ਦਾ, ਜਿੰਨਾ ਚਿਰ ਰਾਤ ਨੂੰ ਗੋਲਡੀ 2:30 ਆਉਣ, 2 ਵਜੇ ਆਉਣ, 3 ਵਜੇ ਆਉਣ, ਉਹਨੇ ਸੋਣਾ ਹੀ ਨਹੀਂ, ਉਹਨੇ ਆਪਣੇ ਪਾਪਾ ਨਾਲ ਹੀ ਸੋਣਾ। ਤੇ ਜਦੋਂ ਬਹੁਤ ਛੋਟੇ ਜਿਹੇ ਸੀ, ਜੇ ਰਾਤ ਨੂੰ ਉੱਠ ਜਾਣਾ, ਰੋਣ ਲੱਗ ਜਾਣਾ, ਮੈਨੂੰ ਕਹਿਣਾ ਸਿਮਰ ਤੂੰ ਸੌਂ ਜਾ, ਤੂੰ ਸਾਰੇ ਦਿਨ ਦੀ ਜਾਗਦੀ ਹੈ, ਮੈਂ ਸਾਂਭੂਗਾ। ਇਹ ਗੋਲਡੀ ਦਾ ਮੇਰੇ ਲਈ ਪਿਆਰ ਤੇ ਰਿਸਪੋਂਸਿਬਿਲਟੀ ਹੈ। ਯਾਨੀ ਕਿ ਪਿਓਰ ਗੋਲਡ ਨੇ ਗੋਲਡੀ? ਹੈ, ਬਿਲਕੁਲ ਬਿਲਕੁਲ। ਗੋਲਡੀ ਕੱਲਾ ਗੋਲਡੀ ਨਹੀਂ, ਗੋਲਡੀ ਤਾਂ ਸਾਡਾ ਹੀਰਾ ਹੈ, ਹੀਰਾ ਹੈ ਸਦਾ ਕੇ ਲਈ। ਬਿਲਕੁਲ ਬਿਲਕੁਲ, ਗੋਲਡੀ ਨੇ ਧੂਰੀ ਵੀ ਗੋਲਡਨ ਗੋਲਡਨ ਕਰ ਦਿੱਤੀ ਹੈ ਤੇ ਅੱਗੇ ਵੀ ਕਰੂ।